ਦੋਸਤੋ ਤੁਸੀਂ ਵੇਖਦੇ ਪਿਓ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਤੇ ਬੇਲੀਓ ਅੱਜ ਤੁਹਾਡੇ ਵਾਸਤੇ ਚੌਲਸਤਾਨ ਤੇ ਸਹੀਵਾਲ ਕ੍ਰਾਸ ਦੀ ਇੱਕ ਗਾਂ ਬੜੀ ਖੂਬਸੂਰਤ ਤੀਸਰੇ ਸੂ ਦੀ ਮੈਂ ਲੈ ਕੇ ਹਾਜ਼ਰ ਹੋਇਆ। ਔਰ ਮਾਸ਼ਾਅੱਲਾ ਜਿਵੇਂ ਲੋਕ ਕਹਿੰਦੇ ਨੇ ਕਿ ਥੱਬਿਆਂ ਦੇ ਚੱਡੇ ਤੇ ਸਹੀਵਾਲਾਂ ਨੂੰ ਨਹੀਂ ਲੱਗੇ, ਔਰ ਮੈਨੂੰ ਫੇਸਬੁੱਕ ਤੇ ਫੋਟੋਆਂ ਵਟਸਐਪ ਲੋਕ ਕਰਦੇ ਨੇ ਕਿ ਯਾਰ ਇਹ ਜੀ ਗਾਂ ਲੱਭ ਕਦੇ ਬਰੀਡਰ ਹੋਵੇ ਚੰਗੀ ਹੋਵੇ ਤੇ ਵੋ ਹੋਵੇ ਤੇ ਯੇ ਹੋਵੇ ਔਰ ਦੋਨ ਵੀ ਚੰਗੇ ਹੋਣ। ਇਹ ਸਾਰਾ ਕੁਛ ਅੱਜ ਮੈਂ ਲੱਭ ਕੇ ਲਿਆ ਰਾਜਸਥਾਨ ਦੀਆਂ ਗਾਵਾਂ ਦੇ ਵਿੱਚੋਂ। ਇਹ ਗਾਂ ਮੁੱਲ ਮਾਲਕ ਨੇ ਆਪਣੀ ਮਰਜ਼ੀ ਦਾ ਕਰਨਾ, ਚੀਜ਼ ਦਿਖਾਉਣਾ ਤੁਹਾਡੇ ਵੀਰ ਦਾ ਕੰਮ ਹੈ ਤੇ ਅਗਰ ਚੀਜ਼ ਪਸੰਦ ਨਾ ਆਵੇ ਤੇ ਕਮੈਂਟਸ ਦੇ ਦੇਣਾ ਸੈਕਸ਼ਨ ਚ, ਉਹ ਬੜਾ ਮੁਹੱਬਤ ਪਿਆਰ ਵਾਲਾ ਦੇਣਾ ਕਿਉਂਕਿ ਬੰਦੇ ਮਾਜਰ ਨੇ ਔਰ ਇਹ ਬੜਾ ਪੰਧ ਕਰਕੇ ਆਏ ਨੇ ਤੇ ਮੈਂ ਇਹਨਾਂ ਮਗਰ ਬੜਾ ਪੰਧ ਕਰਕੇ ਆਇਆ। ਸਵੇਰੇ ਸਵੇਰੇ 5:30 ਵਜੇ ਇਹਨਾਂ ਨੂੰ ਉਠਾ ਲਿਆ, ਇਹਨਾਂ ਲੱਭਦਿਆਂ ਲਪਾਉਂਦਿਆਂ 2.5 ਘੰਟੇ ਦੀ ਪਹੁੰਚ ਅਸੀਂ ਕੀਤੀ ਹੈ ਤੇ ਇਹਨਾਂ ਕੋਲ ਪੜੇ ਆ। ਔਰ ਮਾਸ਼ਾਅੱਲਾ ਗਾਂ ਜਿਹੜੀ ਮੈਂ ਫੇਸਬੁੱਕ ਤੇ ਫੋਟੋਆਂ ਵੇਖਦੇ ਆ ਨਾ, ਬਿਲਕੁਲ ਉਹੀ ਸੇਮ ਲੋਕੇਸ਼ਨ ਹੈ। ਔਰ ਵਾਕਈ ਰਾਜਸਥਾਨ ਦੀਆਂ ਗਾਵਾਂ ਇਹਨਾਂ ਦੇ ਹਵਾਨੇ ਐਡੇ ਹੀ ਨੇ, ਬਣਾਏ ਨਹੀਂ ਗਏ, ਔਰ ਮਾਸ਼ਾਅੱਲਾ ਹੈ ਵੀ ਨੇ, ਦੁੱਧ ਵੀ ਦਿੰਦੀਆਂ ਨੇ। ਅਗਰ ਇੱਥੇ ਉਹਨਾਂ ਨੂੰ ਕੁਝ ਪਾਓਗੇ ਤੇ ਇਨਸ਼ਾਅੱਲਾ ਇਹ 30 ਕਿਲੋ ਵੀ ਕਰ ਸਕਦੀਆਂ ਨੇ ਜਿਹੜੀ ਸਹੀਵਾਲ ਦੀਆਂ ਗਾਵਾਂ ਵਿੱਚ ਮਸ਼ਹੂਰ ਨੇ। ਤੇ ਜਨਾਬ ਸਭ ਤੋਂ ਪਹਿਲੇ ਗਾਂ ਦਿਖਾਉਂਦੇ ਆ, ਉਸ ਤੋਂ ਬਾਅਦ ਫਿਰ ਮਾਲਕ ਨਾਲ ਕਰਾਂਗੇ ਸਾਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੇ ਉਹਨੂੰ ਪੁੱਛਾਂਗੇ ਬੰਦੇ ਮਾਜਰ ਨੇ, ਤੋੜ ਕੇ ਵਿਖਾਵਾਂਗੇ ਔਰ ਕੋਸ਼ਿਸ਼ ਕਰਾਂਗੇ ਇਹਦੀ ਚੁਆਈ ਵੀ ਮੈਂ ਨਾਲ ਇਸ ਗਾਂ ਦੀ ਕਰਾਵਾਂ ਔਰ ਤੁਹਾਡੇ ਸਾਹਮਣੇ ਸਭ ਤੋਂ ਪਹਿਲੇ ਗਾਂ ਨੂੰ ਮੈਂ ਦਿਖਾਵਾਂਗਾ। ਉਸ ਤੋਂ ਬਾਅਦ ਨਹੀਂ ਤੇਰਾ ਬੱਚੇ ਨੂੰ ਨਹੀਂ ਫੜਨਾ, ਕੁਛ ਵੀ ਨਹੀਂ ਹੈਗਾ, ਪੈਂਟ ਵਾਲਾ ਕੋਈ ਬੰਦਾ ਨਹੀਂ ਜਿਹੜਾ ਤੈਨੂੰ ਛੇੜੇਗਾ, ਕੰਬਲੀ ਨਾ ਬਣ ਤੇ ਇਹ ਸਾਰਾ ਕੁਛ ਜਿਹੜਾ ਹੈ ਨਾ ਮੇਰੇ ਕੈਮਰੇ ਦੀ ਨਜ਼ਰ ਹੋਵੇਗਾ ਔਰ ਇੱਕ ਇੱਕ ਚੀਜ਼ ਮੇਰਾ ਕੈਮਰਾ ਮੈਂ ਤੁਹਾਨੂੰ ਤਸੱਲੀ ਨਾਲ ਦਿਖਾ ਦੇਗਾ। ਔਰ ਇਹ ਜਨਾਬ ਇੱਕ ਇੱਕ ਚੀਜ਼ ਜਿਹੜੀ ਹੈ ਮੇਰਾ ਕੈਮਰਾ ਮੈਂ ਤੁਹਾਨੂੰ ਦਿਖਾਏਗਾ। ਹਵਾਨਾ ਮਾਸ਼ਾਅੱਲਾ ਬਹੁਤ ਵੱਡਾ, ਤੁਸੀਂ ਦੇਖਦੇ ਪਏ ਜੇ ਇਹ ਬਣਾਇਆ ਨਹੀਂ ਹੋਇਆ, ਤੀਸਰੇ ਸੂ ਦੀ ਇਹ ਗਾਂ ਹੈ, ਇਹ ਜਨਮਨੇ ਦਾ ਹਵਾਨਾ ਹੈ, ਥਣ ਪੂਰੇ ਮੁੱਠਾਂ ਤੇ ਨੇ ਔਰ ਪੂਰੀਆਂ ਵਿਰਲਾਂ ਤੇ ਨੇ ਤੇ ਜਨਾਬ ਤੁਸੀਂ ਥੋੜਾ ਜਿਹਾ ਵੱਡਾ ਕਰ ਲਓ, ਮੇਡ ਕਰ ਲਓ ਵੱਡਾ ਕਿ ਉਹਨੂੰ ਪਰੇਸ਼ਾਨੀ ਕੋਈ ਨਹੀਂ। ਡਰਨਾ ਹੈ ਗਾਂ ਨੇ, ਗਾਂ ਡਰਨਾ ਜ਼ਾਹਿਰ ਹੈ ਜੀ, ਗਾਂ ਡਰਨਾ ਉਹਨੂੰ ਫੜ ਲੈ ਤੇ ਸਾਨੂੰ ਇੱਕ ਵਾਰ ਥੱਲੇ ਵਿਖਾ ਲੈਂਦੇ। ਇਹਦਾ ਨਾਂ ਕੀ? ਚੰਗੜ, ਚੰਗੜ ਆ ਇਹਦਾ ਨਾਂ, ਚੰਗੜ ਗਾਂ ਹੈ, ਗਾਂ ਦਾ ਨਾਂ ਚੰਗੜ ਪਾਇਆ ਔਰ ਗਾਂ ਨਾਂ ਬੁਲਾਵਣ ਤੇ ਆਉਂਦੀ ਹੈ। ਇਹ ਸਾਰਾ ਕੁਛ ਮੇਰੇ ਕੈਮਰੇ ਨਾਲ ਤੁਸੀਂ ਵੇਖਦੇ ਪੈ ਜੇ ਕਿ ਤੁਹਾਡੇ ਤੋਂ ਜਿਹੜਾ ਹੈ ਕੋਈ ਲੁੱਕ ਨਹੀਂ ਹੈ, ਕੋਈ ਲੁੱਕ ਨਹੀਂ ਹੈ ਤੁਹਾਡੇ ਤੋਂ। ਇਹਨੂੰ ਤੋੜ ਕੇ ਵਿਖਾ ਪਰਾਂ ਨੂੰ ਲੈ ਜਾ, ਖੋਲ ਲੈ ਇਹਨੂੰ ਤੇ ਪਰ ਤੋੜ ਕੇ ਲੈ ਜਾ। ਉਹ ਵੇਹਦੀ ਹੈ ਕਿ ਮੇਰੇ ਬੱਚੇ ਨੂੰ ਕੋਈ ਨੁਕਸਾਨ ਨਾ ਦੇਵਣ ਜਾਂ ਮੈਨੂੰ ਨਾ ਦੇਵਣ, ਸਾਡੇ ਮਗਰ ਨਾ ਲਵਾ ਦੇ ਤੇ ਨਵਾਂ ਤਮਾਸ਼ਾ ਬਣਿਆ ਹੋਵੇ, ਜਿਹੜੇ ਹਾਲਾਤ ਬਣੇ ਖੜੇ ਨੇ ਮਗਰ ਲੱਗ ਜਾਣਾ। ਚੰਗੜ ਚੱਲ ਪਰਾਂ, ਚੰਗੜ ਤੈਨੂੰ ਕੁਛ ਵੀ ਨੀ ਆਉਂਦੇ, ਉਹਦੀ ਨਿਗੇ ਪਿਛਾ ਨੂੰ ਆਇਆ ਤੈਨੂੰ ਪੱਖੀ ਪੈ ਜਾਣਾ ਸਾਡੇ ਤੇ ਮੈਂ ਤਾਂ ਭੱਜ ਜਾਣਾ, ਮੈਂ ਸੱਟ ਕੇ ਮੇਰਾ ਭਰਾ। ਅਸੀਂ ਵੇਖਦੇ ਪਏ ਜੇ ਮੇਰਾ ਕੈਮਰਾਮੈਨ ਜਿਹੜਾ ਆਇਆ ਤੁਹਾਨੂੰ ਇੱਕ ਇੱਕ ਚੀਜ਼ ਜਿਹੜਾ ਤਸੱਲੀ ਬਖਸ਼ ਨਾਲ ਦਿਖਾ ਰਿਹਾ। ਗਾਂ ਸਾਡੇ ਕੋਲ ਡਰਦੀ ਪਈ, ਅਸਲ ਤੇ ਬਰੀਡਰ ਗਾਵਾਂ ਨੇ ਬਾਹਰ ਤੁਰਨ ਫਿਰਨ ਵਾਲੀ, ਤੇ ਕੈਮਰਾਮੈਨ ਪੂਰੀ ਆਬੋ ਤਾਬ ਨਾਲ ਆਪਣੀ ਨਿਗਾਹ ਦੇ ਨਾਲ ਗਾਂ ਨੂੰ ਪੂਰੀ ਤਸੱਲੀ ਕਰਕੇ ਵਿਖਾ ਰਿਹਾ, ਗਾਂ ਕੋਈ ਤੁਰਿਆ ਨਹੀਂ ਜਾ ਰਿਹਾ। ਔਰ ਇਹ ਸਹੀਵਾਲ ਦੀਆਂ ਗਾਵਾਂ ਜਿਹੜੀਆਂ ਨੇ ਇਹ ਜਨਾਬ ਤੁਹਾਡੇ ਸਾਹਮਣੇ ਨੇ, ਇਹ ਸਾਰੀ ਚੀਜ਼ਾਂ ਇਹਦੀ ਮੈਂ ਚੁਆਈ ਕਰਾਉਣਾ, ਪਹਿਲੇ ਭਰਾ ਨਾਲ ਕਰ ਲਵਾਂ ਗੱਲਾਂ। ਆ ਜਾ ਯਾਰ ਇੱਥੇ, ਇਹ ਜਨਾਬ ਇੱਥੇ ਮੇਰੇ ਕੋਲ ਆ, ਪਤਰੇਲ ਛੱਡ ਦੇ ਇਹਨੂੰ, ਫਿਰਨ ਦੇ ਫਿਰ ਇਹਨੂੰ ਫੜ ਕੇ ਆਪਾਂ ਚੁਆ ਵੀ ਲਾਂਗੇ। ਅਸਲਾਮ ਅਲੈਕੁਮ, ਇੱਧਰ ਕੈਮਰੇ ਚ ਵੇਖਣਾ, ਕੀ ਨਾਂ ਹੈ? ਮੁਹੰਮਦ ਅਫਜ਼ਲ। ਮੁਹੰਮਦ ਅਫਜ਼ਲ, ਅਫਜ਼ਲ ਬਾਈ ਜਿਹੜਾ ਤੇਰੇ ਕੋਲ ਪੂਰਾ ਗਾਵਾਂ ਦਾ ਰੇਵੜ ਹੈ, ਪੂਰੀਆਂ ਗਾਵਾਂ ਨੇ ਤੇਰੇ ਕੋਲ? ਹਾਂਜੀ। ਅੱਛਾ, ਇਹ ਟੋਟਲ ਕਿੰਨੀਆਂ ਨੇ ਇਸ ਵੇਲੇ? 110। 110 ਗਾਵਾਂ ਦਾ ਪੂਰਾ ਰੇਵੜ ਹੈ। ਇਹ ਜਿਹੜੀ ਤੇਰੀ ਗਾਂ, ਇਹਦਾ ਨਾਂ ਕੀ ਔਰ ਇਹਦਾ ਮਿਆਰ ਕੀ ਹੈ? ਕਿਹੜਾ ਵੱਡਾ ਹਵਾਨਾ ਔਰ ਕੀ ਹਿਸਾਬ ਤਾ ਨਸਲ ਜ਼ਿਆਦਾ, ਕੀ ਇਹਦੀ ਸਿਚੁਏਸ਼ਨ ਕੀ ਹੈ? ਸਾਰੀ ਮੁਹੱਬਤ ਪਿਆਰ ਵਾਲੀ ਗੱਲ। ਹਾਂਜੀ, ਸਹੀਵਾਲ ਦੀ ਹੈਗੀ। ਹਾਂਜੀ, 10 ਕਿਲੋ ਦੁੱਧ ਹੈ। ਇੱਕ ਟਾਈਮ ਦਾ, ਦੋ ਟਾਈਮ? ਇੱਕ ਟਾਈਮ ਦਾ। ਇੱਕ ਟਾਈਮ ਦਾ 10 ਕਿਲੋ ਦੁੱਧ ਹੈ ਤੇ ਦੋ ਟਾਈਮਾਂ ਦਾ 20 ਕਿਲੋ ਦੁੱਧ ਹੈ। ਹਾਂਜੀ, ਜਿਹੜਾ ਆਪਾਂ ਚੁਆ ਕੇ ਦੇਣਾ। ਬਿਲਕੁਲ, ਤਸੱਲੀ ਬਖਸ਼। ਸੂਈ ਕਿਨੇ ਦਿਨ ਦੀ ਹੋਈ ਹੈ? ਸੂਈ ਨਾਲ ਜੋਗ ਹੈ ਮੇਰਾ ਖਿਆਲ ਹੈ ਕਿ 15 ਜਾਂ 20 ਦਿਨ। 15-20 ਦਿਨ। ਹਾਂਜੀ, ਸੂਆ ਕਿਨਵਾ? ਤੀਸਰਾ। ਤੀਸਰਾ ਸੂਆ ਹੈ। ਅੱਛਾ, ਪਤਰੇਰੇ ਵੀ 10, ਬੰਦਾ ਸਿੱਧਾ ਸਿੱਧਾ ਜੱਟ ਲੋਕ ਹੈ, ਇਹਦਾ ਪਿਆਰ ਮੁਹੱਬਤ ਵਾਲਾ ਮੁੱਲ ਕੀ ਹੈ? ਜਿਹਦੇ ਚ ਆਪਾਂ ਇਹ ਮੋਹਰੇ ਵਾਲਾ ਨਹੀਂ ਛੱਡਣਾ, ਪੂਰੇ ਪੈਸੇ ਨੇ ਇਹਦੇ ਚ ਰੁਪਇਆ, ਇਹ ਉਨੀ ਕੁ ਮੁਹੱਬਤ, ਮਤਲਬ ਇਹਦੇ ਪਿਆਰ ਮੁਹੱਬਤ ਹੈ ਜਾਂ ਬਸ ਪੱਕੇ ਪੱਕੇ ਪੈਸੇ? ਪੱਕੇ ਪੈਸੇ। ਇਹ ਤੂੰ ਛੱਡਣਾ ਛੁੱਟਣਾ ਕੋਈ ਰੁਪਇਆ ਵੀ ਨਹੀਂ ਭਾਈ, 3.5 ਲੱਖ ਮੰਗਿਆ ਔਰ 3.5 ਲੱਖ ਹੀ ਲੈਣਾ। ਜਿਹੜੇ ਬੰਦੇ ਦਿਲ ਕਰੇ ਮੇਰੇ ਨਾਲ ਰਾਬਤਾ, ਮੇਰੇ 0300-0300-97-58-51 ਨੰਬਰ ਤੇ ਰਾਬਤਾ ਕਰ ਲਵੇ, ਮੇਰੀ ਖਵਾਹਿਸ਼ ਹੁੰਦੀ ਹੈ ਹਮੇਸ਼ਾ। ਅੱਛਾ, ਔਰ ਖੂਬਸੂਰਤ ਜਾਨਵਰ ਸਹੀਵਾਲ ਦੇ ਅੱਡੇ ਵਾਨੇ ਵਾਲੀ, ਮੈਂ ਅੱਜ ਤੱਕ ਆਪਣੀ ਜ਼ਿੰਦਗੀ ਜਾਨਵਰ ਨਹੀਂ ਵੇਖਿਆ, ਤੁਸੀਂ ਦੇਖਿਆ ਤੇ ਮੈਨੂੰ ਕਮੈਂਟ ਸੈਕਸ਼ਨ 'ਚ ਫੋਟੋ ਜਿਹੜੀਆਂ ਨੇ ਅਪਲੋਡ ਕਰ ਸਕਦੇ ਜੇ, ਮੈਂ ਵੇਖ ਲਵਾਂਗਾ ਔਰ ਕਹਿ ਸਵਾਂਗਾ, ਬਾਕੀ ਤੁਸੀਂ ਵੀ ਵੇਖਿਆ ਹੋਏਗਾ। ਅੱਛਾ, ਇਹ ਮੇਰਾ ਵੀਰ ਆ, ਇਹਦਾ ਨਾਂ ਕੀ? ਚੰਗੜ। ਚੰਗੜ, ਅਗਰ ਇਹਨੂੰ ਬੁਲਾਵਾਂਗੇ ਚੰਗੜ ਨਾਂ ਤੋਂ ਆਏਗੀ? ਬਿਲਕੁਲ ਆਵੇਗੀ। ਪੱਕੀ ਗੱਲ? ਉੱਥੇ ਬੁਲਾ ਲੈਣੀ, ਉੱਥੇ ਬੁਲਾਵਾਂਗੇ, ਆਵੇਗੀ? ਆਵੇਗੀ। ਅਸੀਂ ਕੈਮਰਾ ਥੋੜਾ ਦੂਰ ਜਾ ਕੇ ਵਿਖਾਣਾ, ਤੂੰ ਚੰਗੜ ਬੁਲਾਣਾ, ਇਹ ਤੇਰੇ ਕੋਲ ਆਵੇਗੀ, ਇਹਦੀ ਚੁਆਈ ਵੀ ਅਸੀਂ ਵਿਖਾਣੀ, ਚੱਲ ਬਈ ਇਹਦੀ ਚੁਆਈ ਕਰਾ, ਬੁਲਾ ਇਹਨੂੰ, ਤੇ ਅਸੀਂ ਖੜੇ ਆ ਇੱਥੇ, ਤੂੰ ਸਾਧੇ ਨੂੰ ਚੰਗੜ ਨੂੰ ਉੱਥੇ ਲੈ ਕੇ ਚੱਲ ਤੇ ਇਹਦਾ ਜਨਾਬ ਇਹਦਾ ਸਾਰਾ ਸਾਥ। ਮੈਂ ਉਹ ਮੈਂ ਉੱਥੇ ਜਾਂਦਾ ਰਹਿਣਾ।
3.5 lakh ਰੁਪਿਆ ਫਾਈਨਲ ਮੁੱਲ ਹੈ। ਔਰ ਮੇਰੇ ਪਿੱਛੇ ਤੁਹਾਨੂੰ ਵਾਹਵਾ ਸਾਰੀ ਗਾਵਾਂ ਮੱਝਾਂ ਨਜ਼ਰ ਆ ਰਹੀਆਂ ਹੋਣਗੀਆਂ। ਇਹ ਕਬੀਲਾ ਹੈ ਔਰ ਇਹ ਚੌਲਸਤਾਨ ਤੋਂ ਰਾਜਸਥਾਨ ਤੋਂ ਆਇਆ ਹੈ। ਇਹ ਬਰੀਡ ਕਰਵਾਉਂਦੇ ਨੇ ਆਪਣੀਆਂ ਗਾਵਾਂ ਦੀਆਂ। ਔਰ ਮੇਰੀ ਇਹ ਕੋਸ਼ਿਸ਼ ਹੈ ਕਿ ਪਾਕਿਸਤਾਨ ਦੇ ਵਿੱਚ ਅੱਛੀ ਨਸਲ ਦੀਆਂ ਮੱਝਾਂ ਤੇ ਗਾਵਾਂ ਜਿਹੜੀਆਂ ਨੇ ਉਹ ਤੁਹਾਨੂੰ ਆਪਣੇ ਚੈਨਲ ਤੇ ਦਿਖਾਵਾਂ। ਔਰ ਐਡੇ ਵੱਡੇ ਹਵਾਨੇ ਵਾਲੀ ਗਾਂ ਮੈਂ ਆੜੀ ਜ਼ਿੰਦਗੀ ਚ ਨਹੀਂ ਦੇਖੀ, ਠੀਕ ਹੈ। ਤੁਸੀਂ ਵੀ ਸ਼ਾਇਦ ਵੇਖੀ ਹੋਵੇ, ਅਗਰ ਕਿਸੇ ਨੇ ਵੇਖੀ ਤਾਂ ਮੇਰਾ ਕਮੈਂਟ ਸੈਕਸ਼ਨ ਦੀ ਗੱਲਾਂ ਕਰ ਸਕਦਾ। ਸਾਹੀਵਾਲ ਦੀ ਗਾਂ ਕੋ ਇੰਨਾ ਦੁੱਧ, ਮੇਰੇ ਬੇਲੀਆਂ ਦਾ ਬੜਾ ਨਾਂ ਸੀ, ਕਹਿੰਦੇ ਸਨ ਕਿ ਯਾਰ ਇਹਨੂੰ ਲੱਭ ਕੇ ਲਿਆਓ। ਔਰ ਮੈਂ ਲੱਭ ਲਿਆਂਦੀ ਹੈ। 3.5 lakh ਪੱਕਾ ਫਾਈਨਲ ਚ। ਮੋਰੇ ਵਾਲਾ ਇੱਕ ਜਿਹੜਾ ਟਕਾ ਹੈ ਉਹ ਨਹੀਂ ਛੱਡਣਾ, ਠੀਕ ਹੈ। ਇਹ ਸਾਰਾ ਕੁਝ ਤੁਹਾਡੇ ਸਾਹਮਣੇ, ਚੁਆਈ ਮੈਂ ਆਪ ਕਰਵਾ ਕੇ ਦਿਆਂਗਾ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ, ਲੇਕਿਨ ਤੁਹਾਨੂੰ ਮੈਂ ਚੁਆਈ ਜਿਹੜੀ ਹੈ ਉਹ ਚੁਆਈ ਮੈਂ ਤੁਹਾਨੂੰ ਹੁਣ ਵਿਖਾਣਾ। ਹੁਣ ਆਵੇਗੀ ਕਿ ਬੰਦ ਕਰ ਦੇਈਏ? ਇੱਕ ਵਾਰੀ ਸਦੋ ਇਹਨੂੰ, ਮੈਂ ਖੜਾ, ਵੀਡੀਓ ਲੰਮੀ ਹੋ ਰਹੀ। ਅਸੀਂ ਵਿੱਚ ਖੜੇ ਹਾਂ, ਮੈਨੂੰ ਮੇਰੇ ਵੱਲ ਨਿਗੇ ਉੱਥੇ ਆਉਂਦੀ। ਇਹ ਚੰਗੜ ਬੁਲਾਣ ਤੇ ਆ ਰਹੀ ਹੈ, ਤੁਸੀਂ ਵੇਖਦੇ ਪਏ। ਕੈਮਰਾ ਉੱਧਰ ਲਗਾ ਲਓ, ਕੈਮਰਾਮੈਨ ਸਾਹਿਬ ਸੁੱਤੇ ਪੈ ਜੇ ਸਵੇਰੇ ਸਵੇਰੇ। ਨਾਮ ਬੁਲਾਇਆ ਤੇ ਨਾਮ ਬੁਲਾ ਕੇ ਆਪਣੇ ਪੁਆਇੰਟ ਤੇ ਗਈ ਹੈ ਜਿੱਥੇ ਉਹਨੂੰ ਚੋਣਾ ਹੈ। ਬੋਲ ਰਹੀ ਹੈ ਅੱਗੋਂ ਆਪਣੀ ਨਾਮ ਦੀ ਚੰਗੜ ਆਵਾਜ਼ ਬੋਲੀ ਹੈ ਅੱਗੋਂ, ਆਵਾਜ਼ ਦੇ ਰਹੀ ਕਿ ਮੈਂ ਹੈਗੀ ਹਾਂ। ਔਰ ਇਹ ਚੁਆਈ ਕਰਾਓ, ਇਹਦੀ ਤੁਸੀਂ ਬੰਨ ਕੇ ਦੀ ਚੁਆਈ ਕਰਾਓ, ਇਹਨੂੰ ਲਾਓ ਵੰਗ ਪਾਓ, ਇਹਨੂੰ ਚੁਆਈ ਕਰਾਓ। ਮੈਂ ਤੇਰੀ ਚੁਆਈ ਕਰਾ ਕੇ ਜਾਣੀ, ਵੇਖਣਾ ਇਹਨੂੰ ਕਿੰਨਾ ਦੁੱਧ ਦਿੰਦੀ। ਇਹ ਸਾਰੀਆਂ ਗਾਵਾਂ, ਇਹ ਪੂਰਾ ਤੁਹਾਨੂੰ ਮੈਂ ਇਲਾਕਾ ਵਿਖਾ ਰਿਹਾ ਵਾ। ਇਹ ਗਾਵਾਂ 5-4 ਹੋਰ ਵੀ ਖੜੀਆਂ ਨੇ, ਲੇਕਿਨ ਇਹਨਾਂ ਦਾ ਮੁੱਲ ਜਿਹੜਾ 2.5 lakh ਰੁਪਏ ਦੇ ਹਿਸਾਬ ਨਾਲ ਪੁੱਠਾ ਬੰਦੇ ਨੇ ਰੱਖਿਆ। ਉਹਨਾਂ ਦਾ 2.5 lakh ਦੀ ਮੈਂ ਦੇਣੀ ਹੈ। ਇਸ ਥੱਲੇ ਮੈਂ ਗਾਂ ਨਹੀਂ ਦੇਣੀ। ਅਗਰ ਮੇਰਾ ਕੈਮਰਾਮੈਨ ਤੁਹਾਨੂੰ ਵਿਖਾਵੇ ਤੇ ਇਹ ਜਨਾਬ, ਉਹਨੇ ਆਖਿਆ ਜੀ ਪੱਕੇ ਮੁੱਲ ਨੇ 2.5 lakh ਰੁਪਇਆ। ਕਿਸੇ ਕੋਲ 12 ਕਿਲੋ ਦੁੱਧ ਹੈ, ਕਿਸੇ ਕੋਲ 11 ਕਿਲੋ ਦੁੱਧ ਹੈ, 1 ਨੰਬਰ ਵਾਲੀ, 2 ਨੰਬਰ ਵਾਲੀ, 3 ਨੰਬਰ ਵਾਲੀ, 4 ਨੰਬਰ ਵਾਲੀ, 5 ਨੰਬਰ ਵਾਲੀ। ਇਹ 5 ਨੰਬਰ ਦੀਆਂ 5 ਗਾਵਾਂ ਨੇ ਔਰ 2.5 lakh ਰੁਪਇਆ ਪਰ ਜਾਨਵਰ ਮੁੱਲ ਹੈ ਉਹਦੇ। ਜਿਹਨੇ ਅਸੀਂ ਘੱਟ ਨਹੀਂ ਦੇਣੀ ਔਰ ਸਾਰਾ ਕੁਛ, ਤੇ ਜੇ ਮੈਂ ਕੋਲ ਆ ਗਿਆ ਤੇ ਮੈਂ ਬਚ ਪੈਣਾ। ਤੇ ਇਦੋਂ ਦੀ ਆ ਜਾਂਦੇ ਬਣਾਵਾ, ਅੱਜ ਤਾਂ ਮਾਮਲੇ ਨਿਬੜ ਗਏ। ਮੈਂ ਅੱਜ ਗਾਵਾਂ ਦੇ ਵਿੱਚੋਂ ਲੰਘ ਜਾਣਾ, ਠੰਡੀਆਂ ਤੋਂ ਵੇਖੀ ਜਾਏਗੀ ਜੋ ਹੋਵੇਗਾ। ਕਪਾਹ ਤੁਸੀਂ ਅੱਜ ਮੈਨੂੰ ਮਾਰਿਆ, ਹੁੰਦੀ ਨੀਗੇ ਮੇਰੇ ਵਿੱਚ ਇਹ ਕਿ ਕਿਤੇ ਕੈਮਰੇ ਦਾ ਟੀਕਾ ਲੈ ਕੇ ਨਾ ਆ ਗਿਆ। ਮੈਨੂੰ ਹੀ ਵੇਖ ਸੀ, ਮੈਂ ਤੈਨੂੰ ਵੇਖ ਸਾਂ। ਗਾਂ ਡਰਦੀ ਪਈ ਹੈ, ਲੇਕਿਨ ਚੁਆਈ ਅਸੀਂ ਕਰਵਾ ਰਹੇ ਹਾਂ ਆਪਣੀ ਪੂਰੀ। ਮੇਰੀ ਮਿਹਨਤ ਜਿਹੜੀ ਹੈ ਨਾ, ਉਹ ਮੈਂ ਦਿਮਾਗਲੇ ਪਾਸੋਂ ਜਾਣਾ ਇਹਨਾਂ ਨੂੰ ਵਿਖਾਉਣਾ ਕਿ ਹੁੰਦੀ ਨੀਗੇ ਮੇਰੇ ਚ ਹੀ। ਉਹ ਇਹ ਸੀ ਕਿ ਪਤਾ ਨੀ ਇਹਦੇ ਮੈਨੂੰ ਦਾਲ ਆਓ ਨੇ ਤਾਂ ਆਪ ਸਾਨੂੰ ਦਾਲ ਆਊਗਾ। ਚੰਗੜ ਜਿਹੜੀ ਹੈ ਉਹ ਸਾਡੀ ਨਿਗਾਹ ਸਾਡੀ ਵਾਲੇ ਪਾਸੇ ਦੇਖੀ ਜਾਂਦੀ ਹੈ ਕਿ ਬੇਲੀ ਜਿਹੜੇ ਨਾ ਅੱਜ ਮੇਰੇ ਨਾਲ ਕੋਈ ਹੱਥ ਕਰਨਗੇ। ਤੇ ਮੇਰਾ ਕੈਮਰਾਮੈਨ ਜਿਹੜਾ ਹੈ, ਮੈਂ ਬੋਲਦਾ ਨਹੀਂ ਹਾਂ, ਗਾਂ ਡਰ ਨਾ ਜਾਵੇ ਤੇ ਨਵੀਂ ਮੁਸੀਬਤ ਨਾ ਪੈ ਜਾਏ। ਗਾਂ ਦੀ ਚੁਆਈ ਹੋ ਰਹੀ ਹੈ ਜਨਾਬ, ਮੈਂ ਬੋਲਦਾ ਨਹੀਂ ਹਾਂ ਔਰ ਮੇਰਾ ਕੈਮਰਾਮੈਨ ਬਿਲਕੁਲ ਨਿਗਾਹ ਉੱਪਰ ਲਗਾ ਕੇ ਖੜਾ। ਬੇਸ਼ਕ ਤੂੰ ਉੱਥੇ ਬਹਿ ਜਾਂਦਾ ਬੇਸ਼ਕ।
मेरे तो ये मसला है, मैं दूध बखा देंगा। दूसरी बाल्टी जड़ी है दोस्तों, मेरा गांव में तो से डर रही थी, मैं आज नवी पोजीशन च आया, सवेरे सवेरे सुत्ता उठा, बड़ा पंध किया, गां दी चुआई चल रही है और सारा जरा मामला है मेरे कैमरे दी नजर हो रहा है सारा कुछ। असल ते गां ने बाहर दी गावां अड्डियां दियां और अपना अजड़ां दियां ते केड़ियां है ने फार्मां दी गावां जिहड़ियां सुकून नाल बंदे नूं वेख कुछ भी नहीं करनगियां, गावां डर जांदियां ने। और बिस्मिल्लाह बंदा भी देख देख नहीं बन गया, दुध तुसी हुण छड्डना कि चोणा जे? ए दुध बहुत ज्यादा खड़ा है यार, ते असीं इत्थे बैठे हैं, तुसीं दुध चोक लै इत्थे बखा लांगे। आप कैमरा ला के रखी, बस गां से डरदी है पेंट तो, ते बाद च कम बैड़ा कर बैठे। मैं तेनूं चुप करा देवांगा, मेरे कैमरे सारी गल रिकॉर्ड होगी, गल सदा गां की नजर अपने ची रहनी, गां सन वेहदी पई है बैंक नाले बिल किधरों आ गया। चुम लेना सी ना सानू, साडे पक्षे पै जाए। अच्छा पतरेर गल, बंदा सीधा जट लोग है तो यह दसना ही दो बाल्टी तक भर ली है इस गां के थलो, दो बाल्टी, ए बाल्टी का किन्नी एवरेज है, बाल्टी किन्ने किलो दी है? बाल्टी साढ़े छे किलो, सात किलो जी, एक सात किलो, मतलब हम 13 किलो दुध टोटल है। हाँ जी, गर्म दुध बिल्कुल, 10 किलो पक्का होगा। हाँ जी, अगर आप गडवी कोई लाटू है कोई मेहनत खड़ी गडवी
ਤੂੰ ਸਾਨੂੰ ਦੇ ਦੇ ਬਹਿਣ ਤੇ ਨਾਲ ਲਾਟੂ ਜਿਹਾ ਦੇ ਦੇ ਅਸੀਂ ਆਪੇ ਨੂੰ ਮਿਲ ਲੈਂਦੇ ਮਿਲੇਗਾ ਕੀ ਚੋਣ ਕੇਨ ਵੱਡੀ ਚੱਕ ਲੈ ਵੱਡੀ ਗੱਲ ਕਰ ਫੜਾਓ ਜਾ ਕੇਨ ਫੜਾਓ ਲਾਟਰ ਫੜਾ ਤੂੰ ਕਾਕੀ ਬਹਿ ਜਾ ਬੜੀ ਮੁਸ਼ਕਲ ਤੋਂ ਬਾਅਦ ਗਾਂ ਚੀਜੀ ਹੈ ਜੀ ਗਾਂ ਜੇ ਤੂੰ ਕੋਲੇ ਖੜਾ ਤੇਰੇ ਕੋ ਡਰ ਕੀ ਨਹੀਂ ਤੇ ਗਾਂ ਢਾਈ ਕਰੇ ਆਈ ਪੂਰੀਆਂ ਅੱਛਾ ਤੇ ਰਾਤ ਹੀ ਖਾ ਬੜਾ ਫਰਕ ਹੈ ਦੇਖ ਹੋ ਗਿਆ ਜੀ ਤੇ ਆ ਦੋ ਤਰਾਏ ਚਾਰ ਚਾਰ ਤੇ ਜਨਾਬ ਪੰਜ ਛੇ ਸੱਤ ਅੱਠ ਦੁੱਧ ਠੰਡਾ ਹੋ ਗਿਆ ਨੌ ਔਰ ਇਨਸ਼ਾਅੱਲਾ ਗਿਆਰਾਂ ਕਿਲੋ ਹੋ ਜਾਏਗਾ ਦੁੱਧ ਠੰਡਾ ਹੋ ਗਿਆ ਗਰਮ ਦੁੱਧ ਨਹੀਂ ਜੱਗ ਮਾਰ ਗਿਆ ਜੱਗ ਮਾਰ ਗਈ ਸਾਢੇ ਗਿਆਰਾਂ ਸਾਢੇ ਗਿਆਰਾਂ ਕਿਲੋ ਦੁੱਧ ਇਸ ਗਾਂ ਨੇ ਸਹੀਵਾਲ ਦੀ ਨੇ ਇੱਕ ਟਾਈਮ ਦਾ ਦਿੱਤਾ ਹੈ ਔਰ ਇਹ ਸ਼ਾਮ ਪਤਰੇ ਨੂੰ ਆਇਆ ਮੇਰੇ ਕੋਲ ਬਾਲਟੀ ਰੱਖ ਕੇ ਹਰਾਮ ਮੈਨੂੰ ਤੇ ਮੇਰੇ ਜਵਾਬ ਦੇ ਪੂਰੀ ਗੱਲ ਸਾਢੇ ਗਿਆਰਾਂ ਕਿਲੋ ਦੁੱਧ ਇਸ ਗਾਂ ਨੇ ਪੂਰਾ ਫਾਈਨਲੀ ਦਿੱਤਾ ਹੈ ਇੱਕ ਟਾਈਮ ਦਾ ਅੱਛਾ ਸ਼ਾਮ ਨੂੰ ਦੁੱਧ ਕਿੰਨਾ ਕਰੇਗੀ ਸ਼ਾਮ ਨੂੰ ਅੱਠ ਕਿਲੋ ਅੱਠ ਕਿਲੋ ਹਾਂਜੀ ਮਤਲਬ ਵੀਹ ਕਿਲੋ ਪੂਰਾ ਕਰਾ ਕੇ ਬਿਲਕੁਲ ਵੀਹ ਕਿਲੋ ਹਾਂ ਦੋ ਟਾਈਮਾਂ ਦਾ ਵੀਹ ਕਿਲੋ ਘਟੇਗੀ ਨਹੀਂ ਅਜੇ ਤਾਜ਼ਾ ਸੂਈਏ ਅਜੇ ਇਹਨੇ ਮੈਲਾ ਸੱਟਣਾ ਅਜੇ ਮਾਲ ਖਵਾਓਗੇ ਇਹਨੂੰ ਵੰਡ ਛਾਂਡ ਇਹਨੂੰ ਖਵਾਓਗੇ ਖਲ ਖਵਾਓਗੇ ਬਿਲਕੁਲ ਇਹ ਹਿਸਾਬ ਲੱਗਿਆ ਖੜਾ ਤੇ 25 ਲੀਟਰ ਦੁੱਧ ਦੇਗੀ 25 ਤੇ ਵਧੇਗੀ ਸਾਢੇ 3 ਲੱਖ ਰੁਪਇਆ ਮੁੱਲ ਹੈ ਔਰ ਫਾਈਨਲ ਮੁੱਲ ਹੈ ਇਹਦੇ ਚ ਇੱਕ ਰੁਪਇਆ ਵੀ ਨਹੀਂ ਛੱਡਣਾ ਮਾਲਕ ਦਾ ਕਹਿਣਾ ਜਿਹਨੇ ਲੈਣੀ ਹੋਵੇ ਲਵੇ ਜਿਹਨੇ ਨਹੀਂ ਲੈਣੀ ਉਹ ਨਾ ਲਵੇ ਉਮੀਦ ਹੈ ਮੇਰੀ ਅੱਜ ਵਾਲੀ ਤੁਹਾਨੂੰ ਵੀਡੀਓ ਜਿਹੜੀ ਹੈ ਬੇਹੱਦ ਪਸੰਦ ਆਈ ਹੋਵੇਗੀ ਤੇ ਅਗਰ ਪਸੰਦ ਆਉਂਦੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਜੇ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਅੱਲਾ ਨਿਗਹਬਾਨ